ਭਾਈ ਆਈ ਭਾਵੇਂ ਸ਼ਕਲ ਦੋਹਾਂ ਦੀ ਇੱਕ ਹੋਵੇ, ਬੱਚਾ ਬਿੱਲੀ ਦਾ ਸ਼ੇਰ ਨਹੀਂ ਹੋ ਸਕਦਾ। ਲੱਖ ਸਾਲ ਰਹੇ ਰਲੇ ਸ਼ੇਰਾਂ ਦੇ, ਕਦੀ ਗਿੱਦੜ ਦਲੇਰ ਨਹੀਂ ਹੋ ਸਕਦਾ। 20 ਰੁਪਏ ਗਏ ਨਾ ਸ਼ਾਬਾਸ਼। ਲੱਖ ਸਾਲ ਰਹੇ ਰਲੇ ਸ਼ੇਰਾਂ ਦੇ, ਕਦੀ ਗਿੱਦੜ ਦਲੇਰ ਨਹੀਂ ਹੋ ਸਕਦਾ। ਜਿਹੜਾ ਅੰਗਿਲ ਦੇ ਨਾਲ ਪੱਟੇ ਤਰ ਖੈਬਰ, ਉਹ ਕਿਸੇ ਤੋਂ ਜ਼ੇਰ ਨਹੀਂ ਹੋ ਸਕਦਾ। ਹੋਵੇ ਦੁਸ਼ਮਣ ਅਲੀ ਦਾ ਵੰਜੇ ਜੰਨਤ ਦੇ ਵਿੱਚ, ਤੋਬਾ ਇਹਦਾ ਢੇਰ ਨਹੀਂ ਹੋ ਸਕਦਾ। ਵਕਤ ਇਵੇਂ ਨਬੇੜ ਗਿੰਦੇ ਹੈ, ਅਲੀ ਦਾ ਜ਼ਿਕਰ ਛੇੜ ਗਿੰਦੇ ਹੈ। ਲਾ ਕੇ ਨਾਰਾ ਅਲੀ ਮੌਲਾ ਦਾ, ਹਲਾਲੀ ਹਰਾਮੀ ਨਖੇੜ ਗਿੰਦੇ ਹੈ। ਹੱਥ ਉੱਚੇ ਹੈ ਦਰੀ ਯਾ ਅਲੀ। ਸਭ ਤੋਂ ਪਹਿਲੇ ਮੌਲਾ ਅੱਬਾਸ ਸਰਕਾਰ ਵਫਾ ਦੀ ਆਮਦ ਦੀ ਤੁਸਾਂ ਸਭ ਮੋਮਨਾਂ ਨੂੰ ਮੁਬਾਰਕਬਾਦ, ਖੈਰ ਮੁਬਾਰਕ। ਗੁਜ਼ਾਰਿਸ਼ ਹੈ, ਕੋਈ ਜ਼ਾਕਰੀ ਦਾਵਾ ਨਹੀਂ, ਤੁਹਾਡਾ ਬਾਲ ਆ ਜੋ ਕੁਝ ਮੈਂ ਹਾਂ ਤੁਹਾਨੂੰ ਪਤਾ ਹੈ। ਇਜਾਜ਼ਤ ਹੋਵੇ ਤੇ ਨੌਕਰੀ ਸ਼ੁਰੂ ਕਰ ਦੇਵਾਂ। ਸਭ ਦੀ ਅਜ਼ਮਤ ਤੂੰ ਖੁਦ ਵਾ ਕੇ ਫਜ਼ਾਤ ਜਲੀ ਹੈ ਇਸ ਜਗ ਤੇ ਪਾਕ ਸ਼ੁਜਾਤ ਦੀ, ਸਾਡੇ ਘਰ ਚੋਂ ਰਸਾਮ ਚਲੀ। ਇਸ ਜਗ ਤੇ ਪਾਕ ਸ਼ੁਜਾਤ ਦੀ, ਸਾਡੇ ਘਰ ਚੋਂ ਰਸਾਮ ਚਲੀ ਹੈ। ਮੇਰੀ ਹੈ ਗੋਂਗਲੀ ਦੀ ਦਬ ਨਹੀਂ ਸਾਂਦੇ ਵੇ, ਮੇਰੇ ਪਿਓ ਦਾ ਨਾਮ ਅਲੀ। ਹੱਥ ਬੁਲੰਦ ਕਰਕੇ ਨਾਰਾ ਹੈਦਰੀ। ਪਹਿਲਾ ਕਸੀਦਾ ਮੌਲਾ ਅੱਬਾਸ ਦੀ ਸ਼ਾਨ ਦਾ, ਉਸ ਤੋਂ ਬਾਅਦ ਜਿਵੇਂ ਟਾਈਮ ਮਿਲ ਸੀ ਤੁਸਾਂ ਜੀ ਮੈਂ ਆਪ ਸੋਹੂ ਕਸੀਦੇ ਸੁਣਨ ਦੇ। ਉਹ ਸੁਣ ਕਰਬਲਾ ਦਾ ਮੈਦਾਨ, ਢੇਰ ਸਾਰਾ ਲਸ਼ਕਰ ਅਲਮਾਲ ਦੇ ਸਾਹਮਣੇ, ਮੌਲਾ ਜੀ ਨੇ ਜ਼ੁਲ ਜਨਾ ਦੇ ਸਵਾਰ ਹੈ।
ਚੰਦ ਬੰਦੇ ਅੱਗਾਂ ਤੇ ਆਏ ਮੌਲਾ ਅਬਾਸ ਦੇ ਕੋਲ ਆ ਗਿਆ ਦਿਨ ਛਾਲਾਦਾ ਤੂੰ ਕਿੱਥੋਂ ਦਾ ਵਸਦਾ ਤੂੰ ਆਪਣਾ ਤਾਰਫ ਕਰਵਾ 9 ਲੱਖ ਫੌਜ ਨਾਲ ਕੱਲਾ ਲੜਨ ਆ ਗਈ ਹੈ ਮੌਲਾ ਅਬਾਸ ਨੇ ਜਿਹੜਾ ਉਹਨਾਂ ਲੋਕਾਂ ਕੋਲ ਜਵਾਬ ਦਿੱਤਾ ਉਸਦਾ ਨਾਂ ਹੈ ਕਸੀਦਾ ਜੇ ਆਖੋ ਦਾ ਸੁਣਾਵਾਂ ਇਹ ਕਸੀਦੇ ਵਾਲਾ ਨਾਰਾ ਸੁਣਾਓ ਮੈਂ ਕਸੀਦਾ ਸ਼ੁਰੂ ਕਰਾਂ ਸਰਕਾਰ ਫਰਮੈਂਦੇ ਤੁਝੇ ਇਤਨਾ ਬਤਾ ਦੂੰ ਮੈਂ ਮੁਝੇ ਬੰਦਿਆ ਦਿਨ ਮੌਲਾ ਉਹ 9 ਲੱਖ ਤੂੰ ਕੱਲਾ ਹੈ ਤੂੰ ਕਰ ਕੇ ਸਕਦਾ ਹੈ ਮੌਲਾ ਮੁਸਕਰਾ ਕੇ ਇਸ ਬੰਦੇ ਦੀ ਅੱਖ ਚੱਕ ਪਾ ਕੇ ਆਦਾ ਹੈ ਤੇਰੀ ਹਸਤੀ ਮਿਟਾ ਦੂੰ ਮੈਂ ਮੁਝੇ ਆਬਾਸ ਕਹਿਤੇ ਹੈਂ ਚੰਦ ਬੰਦਿਆ ਦਿਨ ਦਰਿਆ ਸਾਡੇ ਕਬਜ਼ੇ 'ਚ ਪਾਣੀ ਸਾਡੇ ਕਬਜ਼ੇ 'ਚ ਉਹ 9 ਲੱਖ ਤੂੰ ਕੱਲਾ ਹੈ ਤੂੰ ਕਰ ਕੇ ਸਕਦਾ ਹੈ ਜਿਹੜੇ ਵੇਲੇ ਪਾਣੀ ਦਾ ਨਾਮ ਆਇਆ ਹੈ ਮੌਲਾ ਬਾਸ ਮੁਸਕਰਾਇਆ ਵੀ ਹੈ ਨਾ ਇਹਨਾਂ ਲੋਕਾਂ ਦੇ ਪਾਸੇ ਦੇਖ ਕੇ ਫਰਮੈਂਦੇ ਅਗਰ ਕਰ ਦੂੰ ਇਸ਼ਾਰਾ ਇੱਕ ਮੈਂ ਦਰਿਆ ਕੀ ਰਵਾਨੀ ਕੋ ਗਾਜ਼ੀ ਕਰਬਲਾ ਦੀ ਮੱਟੀ ਹੱਥ ਰੱਖਿਆ ਦੇ ਮੱਟੀ ਪਾਣੀ ਬਣਾ ਦੋ ਮੈਂ ਮੁਝੇ ਆਬਾਸ ਹੱਥ ਚ ਹੈਦਰੀ ਵਾਤੇ ਬੰਦਿਆ ਦੇ ਉਹ 9 ਲੱਖ ਉਹ 9 ਲੱਖ ਤੂੰ ਕੱਲਾ ਕਿਵੇਂ ਲੜਸੇ ਉਹ 9 ਲੱਖ ਤੂੰ ਕੱਲਾ ਕਿਵੇਂ ਲੜਸੇ ਜਿਹੜੇ ਵੇਲੇ ਲੜਨ ਦਾ ਨਾਮ ਆਇਆ ਹੈ ਮੌਲਾ ਬਾਸ ਮੁਸਕਰਾਇਆ ਵੀ ਹਨ ਇਸ ਬੰਦੇ ਦੀ ਅੱਖ ਚੱਕ ਪਾ ਕੇ ਆਦਾ ਹੈ ਮੈਂ ਇੱਕ ਹਮਲਾ ਕਰੂੰ ਐਸਾ ਤੂੰ ਦੇਖੇ ਹੀ ਤਾਂ ਮਰ ਜਾਏ ਜਿਵੇਂ ਅਗਰ ਸਰਦਾਰ ਗਾਜ਼ੀ ਇਸ ਬੰਦੇ ਦੀ ਗਰਦਨ ਤੇ ਤਲਵਾਰ ਅੱਗਿਆ ਦੇ ਮੈਂ ਸਰ ਧੜੇ ਸੇ ਉੜਾ ਦੂੰਗਾ ਮੁਝੇ ਆਬਾਸ ਤੁਸਾਂ ਜੀਓ ਕਸੀਦਾ ਅਲੀ ਬਾਦਸ਼ਾਹ ਦੀ ਸ਼ਾਨ ਦਾ ਅੱਧਾ ਮੈਂ ਪੜ੍ਹਨੇ ਅਤੇ ਅੱਧਾ ਉਸਤਾਦ ਸਾਹਿਬ ਪੜ੍ਹਨੇ ਇਜਾਜ਼ਤ ਹੋਵੇ ਤਾਂ ਮੈਂ ਸ਼ੁਰੂ ਕਰ ਲਵਾਂ ਕਸੀਦਾ ਅਲੀ ਕਾ ਬਸਾਨੇ ਆ ਗਿਆ ਹੈ
مطلب ہے اللہ دا چہرہ ایویں نا وجہ اللہ دا مطلب ہے اللہ دا چہرہ نیاز حسین وجہ اللہ دا لفظ ذہن وچ رکھنا تے مصرے دا لطف لینا ہے علی کا باب سانے آ گیا دے رہو دوجا قصیدہ علی بادشاہ دی شان دا کچھ بندے آدھن جو میاں تو علی کو ودھائی ودو وہ کو مشورہ دینا صلاح دینا آ تا صحیح کیندے دار تھے جو کیویں تک ہوں عطا کرے دیں نیاز حسین قصیدے تے پوری توجہ ہاں میرے مولا دے در تے میرے مولا دے در تے میرے مولا مجلس دے آیا کر متھے وٹ نہ پایا کر جدے پتر دی کھیڈ نماز بنے ہوندا نام نماز وچ چھایا کر میرے مولا دے در تے علی کو اللہ علی بنایا ہے نہ تائیں بنایا ہے نہ میں بنایا ہے پکڑ کے بالوں غدیر خمتے نہ تائیں دکھایا ہے نہ میں دکھایا ہے پکڑ کے بالوں غدیر خمتے نہ تائیں دکھایا ہے نہ میں دکھایا ہے علی کو کعبے دین سنٹر نہ تائیں لہایا نہ میں لہایا ہے اکل دے اندھے تے بھوگ دے حیدر دل دے اندر کیوں وسایا ہے علی علی ہے علی دے صدقے جہانی اندر چراغ بل دین خبر نیتے کو علی دے بوہے تے تائیں جا کتے ہزار پل دین آمدے مولا سن شاندار قصیدہ
कुछ नहीं कमाया हक अली अली दम अली अली 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 हक अली अली दम अली हक अली अली दम अली अली कंबर तू पछले अबूदर तू पछले कंबर तू पछले अबूदर तू पछले चालीदार तू पछले آخری قصیدہ مولا امام مہدی دی شان وچ اج مومن جشن منائے سارا بابر دی آئے بی بی نرجس دی جھولی سارا مولا مہدی آئے اج مومن جشن منائے बंदिया च हया कोई नहीं बंदगी दा पता कोई नहीं वदा भोग दे बार वेको जको पियो दा पता कोई नहीं ए फिकरा मानत है हक सच दी जमानत है ए फिकरा मानत है सुने है जड़ा मुनकर बार वेदा उनी मां दी खयानत है बंदिया च हया कोई नहीं बंदगी दा पता कोई नहीं वदा भौक दे बार वेको जको पियो दा पता कोई नहीं